ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਕੌਲ ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ ਅਮਰਜੀਤ ਸਿੰਘ ਉਹਨਾਂ ਕੋਲ ਆਪਾਂ ਆਏ ਹਾਂ ਅਤੇ ਅੱਜ ਦੀ ਵੀਡੀਓ ਦੇ ਵਿੱਚ ਇੱਕੋ ਹੀ ਮੈਂ ਤੁਹਾਨੂੰ ਦਿਖਾਉਣੀ ਇੱਕੋ ਹੀ ਮੈਂ ਤੁਹਾਨੂੰ ਦਿਖਾਈ ਦੀ ਇਸ ਘਰ ਦੇ ਵਿੱਚੋਂ ਅਤੇ ਗੱਲਬਾਤ ਹੁਣ ਕਰਦੇ ਹਾਂ ਵੀਡੀਓ ਹੁਣ ਅਤੇ ਪੁੱਛਦੇ ਹਾਂ ਸਾਰੀ ਡਿਟੇਲ ਬਾਕੀ ਸੂਈ ਸਵਾਈ ਆ ਆਪਣੀ ਕੋਈ ਵੀਰ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਅਤੇ ਵੇਸ ਚਾਹ ਕੇ ਖੜ੍ਹੇ ਜੀ ਕੋਈ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕਾਲ 'ਤੇ ਚਵਾਈ ਕਰਾ ਲਏ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੀਆਂ ਮੇਰੀਆਂ ਭੈਣਾਂ ਧੀਆਂ ਨੂੰ ਭਰਾਵਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੀ ਠੀਕ ਹੈ ਗੁਰੂ ਰਾਮਦਾਸ ਦੀ ਕਿਰਪਾ ਜੀ ਆਪਣੀ ਵੇਖ ਗਈ ਪਰਸੋਂ ਵਾਲੀ ਝੋਟੀ ਫਿਰ ਉਹ ਤੇ ਚਲੋ ਮੈਂ ਕਹਿੰਦਾ ਨਾ ਵੇਚਣ ਵਾਲਾ ਪਰਮਾਤਮਾ ਜੋ ਕਰਦਾ ਠੀਕ ਆ ਠੀਕ ਆ ਤੇ ਹੁਣ ਅੱਜ ਫੇਰ ਇੱਕ ਆ ਤੇ ਪਰ ਹੁੰਦੀ ਇੱਕ ਆ ਚੰਗੀ ਝੋਟੀ ਆ ਹਨਾ ਇਹ ਵੀ ਹਾਂ ਚੰਗੀ ਸਿਰਾ ਝੋਟੀ ਆ ਜੀ ਤੇ ਚਲੋ ਨਾਮ ਦੱਸ ਤੇ ਕਰੀਏ ਮੇਰਾ ਜੀ ਅਮਰਜੀਤ ਸਿੰਘ ਮਾਨ ਹੈ ਹਾਂਜੀ ਪਿੰਡ ਮੇਰਾ ਬੋੜੀ ਚੱਕ ਨਾਮ ਦੱਸਦਾ ਨਾ ਮਸ਼ਹੂਰ ਆ ਹਾਂਜੀ ਕਾਗਜੀ ਚੱਕ ਔਲੇ ਠੀਕ ਹੈ ਜਿਲ੍ਹਾ ਵਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਵੀ ਬੋਲ ਦੋ ਫਿਰ 7528994 ਠੀਕ ਹੈ ਤੇ ਕਿੰਨੇ ਚਿਰ ਦੀ ਸੂਈ ਆ ਇਹ ਆ ਜੇ ਬੱਚਾ ਦਾ ਅੱਛਾ ਤਾਜੀ ਸੂਈ ਬਿਲਕੁਲ ਅਜੇ ਬਹੁਤੇ ਦਿਨ ਨਹੀਂ ਹੋਏ ਦਿਨ ਆ ਬੋਟੀ ਉਸ ਤਰ੍ਹਾਂ ਹੀ ਕੱਚੇ ਠੀਕ ਹੈ ਫਿਰ ਵੀ ਅੰਦਾਜ਼ਾ ਜਿਹਾ ਕਿੰਨੇ ਕਿ ਅੰਦਾਜ਼ਾ ਤੁਸੀਂ 7 ਦਿਨਾਂ ਦੀ ਹਫਤੇ ਦੇ ਲਾਗੇ ਬੰਨੇ ਤੇ ਦੁੱਧ ਕਿੰਨਾ ਤਿਆਰ ਕਰਕੇ ਦੁੱਧ ਆਪੇ ਨੇ ਦੱਸ ਦੇਣਾ ਅੱਛਾ ਆਪਾਂ ਛਾਕੀ ਕਢਾ ਦੇਣਾ ਚਵਾਈ ਰੱਖੋ ਕੱਲ ਮੈਨੂੰ ਕੋਈ ਚਵਾ ਦੇ ਮੇਰੇ ਕੋ ਫੋਨ ਦੇਸੀ ਆ ਅੱਛਾ ਤੂੰ ਵੀ ਆਖ ਦੇਣਾ ਤੇ ਮੈਂ ਕੀ ਕਿਸ ਨੂੰ ਖਾਉਂ ਮੈਂ ਸਿੱਧੀ ਚਵਾ ਦੇਣੀ ਆ ਅੰਗਰੇਜ਼ੀ ਫੋਨ ਰੱਖੋ ਹੁਣ ਵੀ ਦੇਸੀ ਰੱਖਿਆ ਜੀ ਜਾਜ ਹੋਏ ਤੇ ਅੰਗਰੇਜ਼ੀ ਫੋਨ ਦੀ ਕਿਹੜੀ ਗੱਲ ਹੈ ਨਿਆਣਿਆਂ ਨੂੰ ਅੱਜ ਕੱਲ ਸਾਰੀ ਜਾਜ ਆ ਉਹਨਾਂ ਤੋਂ ਸਿੱਖ ਮੇਰੇ ਪੋਤਰਿਆਂ ਨੂੰ ਸਾਰੀ ਜਾਜ ਆ ਅੱਛਾ ਪਰ ਸਾਡੇ ਵੇਲੇ ਹੈ ਨਹੀਂ ਨਾ ਸਿਸਟਮ ਹੀ ਨਹੀਂ ਆਪਾਂ ਸਿੱਖਿਆ ਜੀ ਠੀਕ ਹੈ ਚਲੋ ਕੋਈ ਗੱਲ ਤੋਰੀ ਹੈ ਫਿਰ ਇੱਕ ਕਰੀ ਨੂੰ ਬਾਕੀ ਹੁਣ ਇਹਦੀ ਚਵਾਈ ਹੋਣ ਵਾਲੀ ਆ ਤੇ ਕਹਿੰਦੇ ਸੀ ਕਰੀ ਦਿਖਾ ਦੇਵਾਂਗੇ ਬਾਕੀ ਕੱਦ ਕਾਠ ਦੀ ਚੰਗੀ ਆ ਮਗਰੇ ਤੇ ਕੱਟਾ ਕੱਟੀ ਜੀ ਮਗਰੇ ਤੇ ਕੱਟਾ ਜੀ ਕੱਟੀ ਜੇ ਬਾਕੀ ਹੈਗੀ ਨਿੱਗਰ ਭਾਨੇ ਦੀ ਆ ਲੈ ਜਾ ਵੀਰ ਜੀ ਬਾਕੀ ਹਵਾਨੇ ਤੇ ਨਾੜਾਂ ਵੀ ਚੰਗੀਆਂ ਵਾ ਦੁੱਧ ਵੀ ਮੌਕੇ ਤੇ ਚੰਗਾ ਤਿਆਰ ਦੱਸਦੇ ਆ ਇਹਦੇ ਕੋਲ ਬਾਕੀ ਹੁਣ ਚਵਾ ਤਾਂ ਦਿਖਾ ਦਿੰਦੇ ਹਾਂ ਜਾਂ ਛੱਡੋ ਫਿਰ ਬੱਚਾ ਦਿਖਾ ਦਈਏ ਤਾਂ ਚਵਾ ਬਾਕੀ ਹਵਾਨੇ ਦੇ ਦੋਵੇਂ ਪਾਸੇ ਨਾੜਾਂ ਜਿਹੜੀਆਂ ਚੰਗੀਆਂ ਵਾ ਛੱਡ ਦੋ ਬੱਚਾ ਕੱਟੇ ਵੀ ਮਗਰ ਚਲੋ ਸੋਹਣੀ ਆ ਪਸਮ ਗਈ ਜੇ ਵੀਰ ਜੀ ਫਿਰ ਹਾਂ ਥਾਣੇ ਦੇਖ ਸਕਦੇ ਤੇ ਆਪਾਂ ਲਾਗੇ ਤੋਂ ਦਿਖਾ ਦੋ ਵੀਰ ਜੀ ਚਵਾ ਫਿਰ ਇਹਦਾ ਭਾਵੇਂ ਦੋਵਾਂ ਪਾਸੇ ਬਹਿ ਜਾਓ ਦੇਖ ਸਕਦੇ ਜੀ ਉੱਧਰ ਵੀ ਭਾਵੇਂ ਬਹਿ ਜਾਓ ਤੇ ਇੱਧਰ ਵੀ ਭਾਵੇਂ ਬਹਿ ਜਾਓ ਦੇਖ ਸਕਦੇ ਦੋਵਾਂ ਪਾਸੇ ਬਹਿ ਕੇ ਚਵਾਈ ਕਰੀ ਜਾ ਬਾਕੀ ਹਾਂ ਨਜ਼ਰ ਨਾੜਾਂ ਵੀ ਜਿਹੜੀਆਂ ਚੰਗੀਆਂ ਵਾ ਬਾਕੀ ਚਵਾ ਜਿਹੜਾ ਚੰਗਾ ਲੱਗਾ ਹੈ ਬਾਕੀ ਸਿਰਫ ਚਵਾ ਹੀ ਤੁਹਾਨੂੰ ਦਿਖਾਉਂਦੇ ਆ ਕੋਈ ਮਿਲਕਿੰਗ ਨਹੀਂ ਕਰਾਉਂਦੇ ਸਿਰਫ ਚਵਾ ਹੀ ਤੁਹਾਨੂੰ ਦਿਖਾਇਆ ਆ ਤੇ ਜੇ ਚੋਣ ਵਾਲੀ ਸੀ ਤੇ ਫਿਰ ਵੀਰ ਜੀ ਨਹੀਂ ਕਹਿੰਦੇ ਕਿ ਜਿਹੜਾ ਵਾ ਚਵਾਈ ਇਹਦੀ ਕਰ ਹੀ ਦਿੰਦੇ ਆ
बस बाल्टी दे विच ही भर दूगी ये पूरी बाहर डोल दू बाल्टी होर दी लोड ना पै जाऊगी नीचे बाल्टी ले आओ फिर अंदर नहीं पी अंदर बाकी बाल्टी अभी चलो वड्डी है जिहड़ी थल्ले लाई है जवाब भी जिहड़ा वा चंगा वा इत्थे रख दो इत्थे लग गई बाकी आप सिर्फ चवा ही तुहानू दिखाउंदे आ कोई मिल्किंग नहीं तुहानू कराउंदे चलो हम मुल भी पुछ लेने दुद्ध कुछ बच्चे भी छड़ता है सिर्फ चवा ही तुहानू दिखाया वा कोई तुहानू मिल्किंग नहीं कराई ज्यादा मेन सिर्फ चवा तुहानू दिखाया मुल फिर ए दसीए मुल जिन्ना दुद्ध झोटी है हांजी मुल ते सवा लख भी कर ला हांजी पर नहीं आप जायज माल आ नहीं लेंदे कोई दूर हरियाणे नू हरियाणे नू फेल करन दे यानी कि साडी लागे पास मतलब चंगीयां झोटियां तैयार हुंदियां साडा माल इथे बॉर्डर एदे च चंगी झोटी निकलंदी है एडी दूर जांदे हरियाणा मैं ना हरियाणा कोई मज इना दुध दे नहीं सकदी किते दी सिर्फ ए अपना पाकिस्तान दीयां नखलां साडे कोल लागे जड़ियां बॉर्डर दीयां रावी एरिया दीयां हुण तार लगण करके नहीं पहलां ते जदों कारगिल दी जंग नहीं साडा माल उधर ते उहनां दा इधर चरदा हुंदा है ठीक है जी ਤੇ ਚਲੋ ਫਿਰ ਦੱਸੀਏ ਤਾਂ ਮੁੱਲੇ ਦਾ ਜੀ ਜੋ ਲੈਣਾ ਦੇਣਾ 1.5 1.5 ਵਿੱਚੋਂ ਕਰ ਦੋ ਕੋਈ ਮਾਨਤਾ ਨਾ ਕਰਦੇ ਹੋਰ ਕਰਦੇ ਯਾਰ ਕਰਦੇ 1000 ਨਾ ਕਰੋ ਹਾਂਜੀ ਥੋੜਾ ਜਿਹਾ ਵੱਧ ਕਰੋ ਭਾਜੀ ਤੂੰ ਕਰਦੇ ਹਰ ਕਿਸੇ ਆਪ ਹੀ ਕਰ ਦਿਓ ਕੀ ਕਰਾਂ ਤੂੰ ਕਰਦੀ ਆ ਫਿਰ ਕਰਦੇ ਇੱਕੋ ਵਾਰੀ ਫਿਰ ਜਿਆ ਤੇ ਆ ਕਰਦੇ ਜੋ ਕਰਨਾ ਪੂਰਾ ਫਿਰ ਪੂਰੇ ਲੱਖ ਦੀ ਦੇ ਦਈਏ ਚਾਰ ਹੀ ਉਡਾ ਦਈਏ ਪੂਰੇ ਲੱਖ ਦੀ ਚੱਲ ਇਹ ਜੋ ਛੋੜੀ ਹੋਣੀ ਕੋਈ ਮੈਨੂੰ ਭੈਣ ਭਰਾ ਕੋਈ ਮਜਬੂਰ ਨਾ ਕਰੇ ਹੁਣ ਤੂੰ ਠੀਕ ਹੈ 4000 ਉਡਾ ਦਾ ਠੀਕ ਹੈ ਤੇ ਦੁੱਧ ਕਿੰਨਾ ਪੱਕਾ ਹੋਣ ਇਹਦੇ ਕੋਲ ਦੁੱਧ ਤੇ ਜੀ ਇਹਦਾ ਵਖਾਵਾ ਹੈਗਾ 20 ਲੀਟਰ ਦਾ ਅੱਛਾ ਪਰ 15 ਲੀਟਰ ਪੱਕਾ ਦੁੱਧ ਜਿਹੜਾ 15 ਤੋਂ 16 ਲੀਟਰ ਤੱਕ ਹੋਊਗਾ ਤੇ ਕਿੰਨਾ ਦੁੱਧ ਕਰੀ ਜਾਊਗੀ ਇਹ ਦੁੱਧ ਜੀ 20 ਤੋਂ ਬਾਹਰ ਜਾਊਗੀ ਅੱਛਾ ਹੁਣ ਜਿਹੜਾ 15 ਲੀਟਰ ਤਿਆਰ ਹੈ ਪਰ ਹੁਣ ਕਾ ਪੱਠੇ ਆ ਜਣੇ ਨਾ ਹਾਂਜੀ ਪੱਠੇ ਤੇ ਇੱਕ ਮੌਸਮ ਬੜਾ ਵਧੀਆ ਬਾਕੀ ਇਹ ਵੀ ਹਫਤੇ ਦੇ ਲਾਗੇ ਦੀ ਸੂਈ ਆ ਤੇ ਕੋਈ ਵੀਰ ਆਪਣੀ ਸਮਝਣਾ ਵੇਖ ਕੇ ਚਵਾਈ ਕਰਕੇ ਤਸੱਲੀ ਕਰਕੇ ਲੈ ਜੇ ਜੀ